ਹੱਥ ਵਿੱਚ ਇਹ ਤਸਵੀਰ ਲੈ ਕੇ ਬੈਠੀ ਪਤਨੀ ਆਪਣੇ ਹੀ ਪਤੀ ਦੀ ਅਤੇ ਉਸ ਗਵਾਂਢਣ ਦੀ ਫੋਟੋ ਦਿਖਾ ਰਹੀ ਹੈ ਜੋ ਕਿ ਉਹਨਾਂ ਦੇ ਘਰ ਦੇ ਸਾਹਮਣੇ ਹੀ ਰਹਿੰਦੀ ਸੀ। ਪਰ ਉਸ ਦੇ ਵੱਲੋਂ ਪਤੀ ਦੇ ਨਾਲ ਅਜਿਹਾ ਚੱਕਰ ਚਲਾਇਆ ਗਿਆ ਕਿ ਇਹ ਪਤੀ ਹੁਣ ਆਪਣੇ 5 ਬੱਚਿਆਂ, ਆਪਣੀ ਬੁੱਢੀ ਮਾਂ ਅਤੇ ਪਤਨੀ ਨੂੰ ਛੱਡ ਕੇ ਗਵਾਂਢਣ ਦੇ ਨਾਲ ਘਰੋਂ ਫਰਾਰ ਹੋ ਗਿਆ। ਅਤੇ ਜਦੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਤਾਂ ਉਸਨੇ ਪੁਲਿਸ ਨੂੰ ਆਖ ਦਿੱਤਾ ਕਿ ਮੈਂ ਤਾਂ ਹੁਣ ਆਪਣੀ ਉਸ ਗਵਾਂਢਣ ਦੇ ਨਾਲ ਵਿਆਹ ਕਰਵਾ ਲਿਆ। ਪਤਨੀ ਆਖਦੀ ਹੈ ਕਿ ਮੈਨੂੰ ਫੋਨ ਆਉਂਦੇ ਨੇ ਪਤੀ ਦੇ ਕਿ ਮੈਂ ਦੋਹਾਂ ਨੂੰ ਹੀ ਰੱਖਣਾ, ਮੈਂ ਦੋਹਾਂ 'ਚੋਂ ਕਿਸੇ ਨੂੰ ਨਹੀਂ ਛੱਡ ਸਕਦਾ। ਪਰ ਇਸ ਗੱਲ ਤੋਂ ਹੀ ਨਾਰਾਜ਼ ਇਸ ਪਤਨੀ ਨੇ ਕਿਹਾ ਕਿ ਮੈਂ ਹੁਣ ਇਸ ਬੰਦੇ ਨੂੰ ਸਬਕ ਸਿਖਾਉਣਾ ਅਤੇ ਇਸ ਦੇ ਖਿਲਾਫ਼ ਬਣਦੀ ਕਾਰਵਾਈ ਕਰਨ ਤੋਂ ਬਾਅਦ ਸਖ਼ਤ ਤੋਂ ਸਖ਼ਤ ਸਜ਼ਾ ਇਸ ਨੂੰ ਦਿਲਵਾ ਕੇ ਰਹਿਣਾ। ਇਸ ਮੌਕੇ 'ਤੇ ਉਸ ਮੁੰਡੇ ਦੀ ਮਾਂ ਵੀ ਆਪਣੀ ਨੂੰਹ ਦੇ ਨਾਲ ਬੈਠੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਮਾਂ ਵੀ ਆਖਦੀ ਹੈ ਕਿ ਉਸਦਾ ਪੁੱਤ ਬੜਾ ਹੀ ਨਿਕੰਮਾ ਅਤੇ ਉਸ ਦੇ ਨਾਲ ਮਾਰ ਕੁਟਾਈ ਕਰਨ ਵਾਲਾ ਹੈ। ਉਸਦੀ ਇੱਕੋ ਇੱਕ ਨੂੰ ਇਹੀ ਹੈ ਜਿਸ ਦੇ ਨਾਲ ਉਹ ਘਰ ਦੇ ਵਿੱਚ ਰਹਿ ਰਹੀ ਹੈ। ਜਿਸ ਗਵਾਂਢਣ ਦੇ ਨਾਲ ਭੱਜ ਕੇ ਉਸਨੇ ਵਿਆਹ ਕਰਵਾਇਆ, ਇਹ ਮਾਂ ਉਸਨੂੰ ਆਪਣੀ ਨੂੰਹ ਵੀ ਨਹੀਂ ਮੰਨਦੀ ਅਤੇ ਆਪਣੇ ਪੁੱਤ ਨੂੰ ਵੀ ਆਖਦੀ ਹੈ ਕਿ ਉਹ ਆਪਣੇ ਕਿੱਤਿਆਂ ਤੋਂ ਬਾਜ਼ ਆ ਜਾਵੇ। ਅੰਮ੍ਰਿਤਸਰ ਦੀ ਇਹ ਖਬਰ ਜਿੱਥੇ ਪਤੀ ਦੇ ਵੱਲੋਂ ਘਰੋਂ ਭੱਜ ਕੇ ਗਵਾਂਢਣ ਦੇ ਨਾਲ ਵਿਆਹ ਕਰਵਾਇਆ ਗਿਆ ਅਤੇ ਹੁਣ ਉਹ ਆਪਣੇ 5 ਬੱਚਿਆਂ ਨੂੰ ਛੱਡ ਕੇ ਘਰੋਂ ਫਰਾਰ ਹੈ। ਇਸੇ ਗੱਲ ਤੋਂ ਦੁਖੀ ਇਸ ਪਤਨੀ ਦੇ ਵੱਲੋਂ ਕਿਹੜੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਕੱਢੀ ਜਾ ਰਹੀ ਹੈ ਅਤੇ ਉਹ ਕੀ ਗੁਹਾਰ ਲਗਾ ਰਹੀ ਹੈ, ਸੁਣਦੇ ਹਾਂ। ਮੈਂ ਤੁਹਾਡਾ ਮੇਰਾ ਨਾਮ ਸਰਜੀਤ ਹੈ। ਹਾਂਜੀ, ਕਿੱਥੇ ਰਹਿੰਦੇ ਹੋ? ਮੈਂ ਇੱਥੇ ਫਤਿਹ ਸਿੰਘ ਕਲੋਨੀ। ਹਾਂਜੀ, ਕੀ ਗੱਲਬਾਤ ਕੀ ਹੋਈ ਹੈ? ਗੱਲਬਾਤ ਸਰ, ਮੇਰੀ ਨਾ ਹਸਬੈਂਡ ਨੇ ਨਾ ਦਾ ਵਿਆਹ ਕਰਾ ਲਿਆ ਭੱਜ ਕੇ। ਹਾਂਜੀ, ਮੇਰਾ 2010 'ਚ ਮੇਰਾ ਵਿਆਹ ਹੋਇਆ ਵਾ, ਬਿਨਾਂ ਤਲਾਕ ਤੋਂ ਉਹਨੇ ਵਿਆਹ ਕਰਾ ਲਿਆ ਕੋਰਟ ਮੈਰਿਜ। ਹਾਂਜੀ, ਮੈਨੂੰ ਚਾਹੀਦਾ ਇਨਸਾਫ, ਮੇਰੀ ਸੁਣਾਈ ਕਿਤੇ ਨਹੀਂ ਹੁੰਦੀ ਪਈ। 2010 'ਚ ਤੁਹਾਡਾ ਵਿਆਹ ਹੋਇਆ, ਉਹ ਤੋਂ ਬੱਚੇ ਕਿੰਨੇ ਨੇ ਤੁਹਾਡੇ? ਬੱਚੇ ਮੇਰੇ 5 ਜੇ। ਹਾਂਜੀ, ਅਤੇ ਮੈਂ ਚਾਹੁੰਦੀ ਹਾਂ ਵੀ ਮੇਰਾ ਘਰ ਵਾਲਿਆਂ ਨੂੰ ਵੀ ਸਜ਼ਾ ਹੋਵੇ, ਉਸ ਜਨਾਨੀ ਨੂੰ ਵੀ ਸਜ਼ਾ ਹੋਵੇ। ਕੀ ਕੀਤਾ ਤੁਹਾਡੇ ਘਰ ਵਾਲੇ ਨੇ, ਕੀ ਗੱਲਬਾਤ ਕੀ ਹੋਈ ਉਸ ਜਨਾਨੀ ਨਾਲ? ਵਿਆਹ ਕਿਉਂ ਕਰਾਇਆ? ਜਨਾਨੀ ਕਿੱਥੇ ਰਹਿੰਦੀ ਸੀ? ਜਨਾਨੀ ਸਾਹਮਣੇ ਸਾਡੇ ਰਹਿੰਦੀ ਜੇ, ਤੇ ਉਹਦੇ ਨਾਲ ਪਹਿਲਾਂ ਏਦਾਂ ਉਹਦੇ ਹਸਬੈਂਡ ਦੀ ਡੈਥ ਹੋ ਗਈ ਆ, ਤੇ ਉਹ ਮਤਲਬ ਏਦਾਂ ਹੀ ਉਹ ਰਿਲੇਸ਼ਨਸ਼ਿਪ 'ਚ ਰਹਿਣ ਲੱਗ ਪਈ ਇਹਨਾਂ ਨਾਲ, ਤੇ ਪਹਿਲਾਂ ਸਾਡਾ ਝਗੜਾ ਏਦਾਂ ਹੀ ਫੈਸਲਾ ਹੋ ਗਿਆ ਉਹਦੇ 'ਚ ਥਾਣੇ 'ਚ। ਪਹਿਲਾਂ ਉਹ ਕਹਿੰਦੀ ਵੀ ਮੈਂ ਨਹੀਂ, ਦੁਬਾਰਾ ਤੋਂ ਨਹੀਂ ਇਸ ਬੰਦੇ ਨਾਲ ਰੱਖੂੰਗੀ ਸੰਬੰਧ, ਅਤੇ ਬਾਅਦ 'ਚੋਂ ਫਿਰ ਦੋ ਕੁ ਮਹੀਨੇ ਬਾਅਦ ਉਹਨੇ ਫਿਰ ਇੱਦਾਂ ਭੱਜ ਕੇ ਉਹਦੇ ਨਾਲ ਵਿਆਹ ਕਰਾ ਲਿਆ, ਕੋਰਟ ਮੈਰਿਜ ਕਰਾ ਲਈ। ਅਤੇ ਮੈਨੂੰ ਇਨਸਾਫ ਚਾਹੀਦਾ ਵਾ, ਮੇਰੀ ਸੁਣਾਈ ਕਿਤੇ ਨਹੀਂ ਹੁੰਦੀ ਪਈ, ਮੈਂ ਬਹੁਤ ਧੱਕੇ ਖਾਂਦੀ ਪਈ ਹਾਂ। ਕੀ ਲੱਗਦਾ ਹੈ ਕਿ ਇੱਕ ਵਿਆਹ ਹੋਣ ਤੋਂ ਬਾਅਦ ਤਲਾਕ ਨਹੀਂ ਹੋਇਆ ਅਤੇ ਉਹਦੇ ਵੱਲੋਂ ਵਿਆਹ? ਸਰ, ਮੇਰਾ ਤਲਾਕ ਨਹੀਂ ਜੇ ਹੋਇਆ, ਅਤੇ ਉਹ ਕਹਿੰਦੇ ਨੇ ਵੀ ਮੈਂ ਤੈਨੂੰ ਵੀ ਰੱਖਾਂਗਾ ਅਤੇ ਉਹਨੂੰ ਵੀ ਰੱਖਾਂਗਾ ਅਤੇ ਉਹਦਾ ਪਰਿਵਾਰ ਵੀ ਪਾਲਾਂਗਾ ਅਤੇ ਮੈਂ ਆਪਣਾ ਵੀ ਪਾਲਾਂਗਾ। ਤੁਸੀਂ ਕੀ ਚਾਹੁੰਦੇ ਹੋ? ਮੈਂ ਇਨਸਾਫ, ਮੈਂ ਉਹਦੇ ਨਾਲ ਨਹੀਂ ਰਹਿਣਾ ਸਰ, ਮੈਂ ਉਹਨੂੰ ਆਪਣੇ ਘਰ ਨਹੀਂ ਬਣਨ ਦੇਣਾ। ਮੇਰੇ ਵੀ 5 ਬੱਚੇ, ਮੇਰੀਆਂ 3 ਬੇਟੀਆਂ, 2 ਬੇਟੇ। ਕੀ ਲੱਗਦਾ ਹੈ ਕਿ ਬਿਨਾਂ ਤਲਾਕ ਤੋਂ ਵਿਆਹ ਕਰਾਉਣਾ ਕਾਨੂੰਨੀ ਜੁਰਮ ਹੈ, ਕੀ ਕਾਰਵਾਈ ਦੀ ਮੰਗ ਕਰਦੇ? ਕਾਨੂੰਨੀ ਜੁਰਮ ਹੈ, ਉਹ ਕਹਿੰਦੇ ਆ, ਉਹ ਥਾਣੇ 'ਚ ਜਾਂਦੀ, ਉਹ ਕਹਿੰਦੇ ਆ ਵੀ ਇਹ ਕੋਰਟ ਨੇ ਆਰਡਰ ਕੱਢਿਆ ਵੀ ਬੰਦਾ ਵਿਆਹ ਕਰਾ ਸਕਦਾ ਦੂਜਾ ਬਿਨਾਂ ਤਲਾਕ ਤੋਂ। ਤੁਹਾਨੂੰ ਕਿੰਨੇ ਗੱਲ ਗਈ ਇਹ? ਹਾਂਜੀ, ਕਿੰਨੇ ਕਹੀ ਸੀ ਇਹ ਗੱਲ? ਉਹ ਤੇ ਥਾਣੇ 'ਚ। ਤੁਸੀਂ ਦਰਖਾਸਤ ਦੇ ਕੇ ਆਏ ਹੋ? ਹਾਂਜੀ, ਦਰਖਾਸਤ ਵੀ ਦੇ ਕੇ ਆਏ, ਉਹ ਕਹਿੰਦੇ ਕੋਈ ਫਾਇਦਾ ਨਹੀਂ ਆ, ਤੁਸੀਂ ਆਪਣੇ ਬੱਚੇ ਪਾਲੋ, ਉਹਨੂੰ ਰਹਿਣ ਦੋ ਜਿੱਥੇ ਹੈ। ਮੈਂ ਕਹਿੰਦੀ ਨਹੀਂ, ਮੈਂ ਉਹਨਾਂ ਨੂੰ ਸਜ਼ਾ ਦਵਾਉਣਾ ਚਾਹੁੰਦੀ ਹਾਂ, ਕਿਉਂ ਮੈਂ
ਬਾਰ ਬਾਰ ਮੇਰੇ ਵੀ ਬੱਚੇ ਮੈਂ ਕਿਸ ਤਰ੍ਹਾਂ ਪਾਲਣੇ ਜੇ, ਮੇਰੇ ਕਮਾਉਣ ਵਾਲੇ ਤਾਂ ਉਹੀ ਸੀ। ਔਰ ਉਹ ਜਨਾਨੀ ਨਾਲ ਉਹਨੇ ਇੱਦਾਂ, ਉਹ ਅੱਜ ਤੋਂ ਕਿੰਨੇ ਦਿਨ ਹੋ ਗਏ ਲਾ, ਮਤਲਬ ਉਹਨੂੰ ਲੈ ਕੇ ਫਰਾਰ ਨੇ। ਹੁਣ ਸਰ ਮੈਨੂੰ ਫੋਨ ਵੀ ਆਉਂਦੇ ਪਏ ਨੇ ਵੀ ਮੈਨੂੰ ਘਰ ਐਂਟਰੀ ਕਰਨ ਦੇ, ਮੈਂ ਤੇਰੇ ਪੈਰਾਂ 'ਚ ਵੀ ਡਿੱਗ ਜਾਣਾ। ਅਤੇ ਮੈਂ ਕਿਹਾ ਸਰ ਮੈਂ ਨਹੀਂ ਜੇ ਉਹਨੂੰ ਆਪਣੇ ਘਰ, ਮੇਰਾ ਮਕਾਨ ਵੀ ਉਹਨੇ ਗਹਿਣੇ ਪਵਾ ਤਾ ਜੀ 4 ਲੱਖ ਰੁਪਏ 'ਚ, ਕਹਿੰਦੇ ਮੈਂ ਸੁਧਰ ਜਾਵਾਂਗਾ ਅਤੇ ਮੈਨੂੰ ਮੇਰਾ ਮਕਾਨ ਵੀ ਛਡਾ ਕੇ ਦੇਵੇ ਅਤੇ ਮੈਨੂੰ ਜਿੱਦਾਂ ਮਰਜ਼ੀ ਨੂੰ ਇਨਸਾਫ ਦਵਾਓ ਮੈਨੂੰ। ਠੀਕ ਹੈ, ਹਾਂਜੀ। ਕੀ ਨਾ ਮਾਤਾ, ਕੀ ਗੱਲਬਾਤ ਕੀ ਹੋਈ ਤੁਹਾਡੇ ਬੇਟੇ ਜਿਹੜੀ? ਸਾਡੇ ਗੱਲਬਾਤ ਦੇ ਉਹ ਤੇ ਬੁੱਢੀ ਲੋਈ ਹੋਣ ਨਹੀਂ ਆ। ਹਾਂ ਤੇ ਮੈਂ ਨਹੀਂ ਰੱਖਣਾ ਚਾਹੁੰਦੀ ਤੁਹਾਨੂੰ ਘਰ। ਹੂੰ ਵੀ ਤੂੰ ਕੋਈ ਨਾ ਬਾਤ। ਹੂੰ ਮੇਰੀ ਤਾਂ ਇਹ ਹੋ ਗਈ। ਹੂੰ ਮੇਰੀ ਇਹ ਹੋ ਗਿਆ। ਹੂੰ ਮੇਰਾ ਭੈਣ ਨਹੀਂ ਹੈ ਕੋਈ। ਹੂੰ ਮੈਂ ਅੱਜ ਬੰਦੇ ਦਾ ਕੰਮ ਕਰਦੀ। ਹੂੰ ਮੇਰੀ ਕੋਈ ਸਰਾਹ ਨਹੀਂ ਕਰਦਾ। ਕੀ ਕਾਰਵਾਈ ਦੀ ਕੀ ਮੰਗ ਕਰਦੇ ਹੋ ਜਿਹੜਾ ਕਿ ਤੁਹਾਡੇ 5 ਪੋਤਰੇ ਪੋਤਰੀਆਂ ਵੀ ਨੇ? 2 ਪੋਤਰੇ 3 ਪੋਤਰੀਆਂ। ਕੀ ਲੱਗਦਾ ਜਿਹੜਾ ਘਰ ਵੀ ਗਹਿਣੇ ਪਾਸ ਕੀ ਮੰਗ ਕੀ ਕਰਦੇ ਹੁਣ? ਠੀਕ ਹੈ, ਇੱਕ ਮਾਮਲਾ ਆਇਆ ਸੀ 21 ਨੰਬਰ ਗਲੀ ਦਾ ਫਤਿਹ ਸਿੰਘ ਕਲੋਨੀ ਦਾ, ਜਿਹਦੇ ਵਿੱਚ ਇੱਕ ਵਿਅਕਤੀ ਜਿਹੜੇ ਕਿ ਸਾਹਮਣੇ ਆਪਣੀ ਇੱਕ ਔਰਤ ਨਾਲ ਵਿਆਹ ਕਰਵਾ ਲੈਂਦਾ ਅਤੇ ਉਹਦੇ ਵੀ ਬੱਚੇ ਨੇ, ਅਤੇ ਉਹਦੀ ਔਰਤ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਮੇਰੇ ਨਾਲ ਤਲਾਕ ਲਏ ਬਿਨਾਂ ਹੀ ਵਿਆਹ ਕਰਵਾਇਆ। ਹਾਂਜੀ, ਭੈਣ ਜੀ ਸਰਬਜੀਤ ਕੌਰ ਹੈਗੇ ਨੇ ਜਿਨ੍ਹਾਂ ਨੇ ਕੰਪਲੇਂਟ ਕੀਤੀ ਸੀ, ਬਟ ਅਸੀਂ ਉਹਨੂੰ ਫੋਨ ਕਰਕੇ ਬੁਲਾਇਆ ਸੀ ਬੰਦੇ ਨੂੰ, ਉਹ ਕਹਿੰਦਾ ਕਿ ਮੈਂ ਮੈਰਿਜ ਕਰਾ ਲਈ ਹੈ ਇਹਦੇ ਨਾਲ ਔਰ ਮੈਂ ਮੈਰਿਜ ਕਰਾ ਕੇ ਰਹਿ ਰਿਹਾ। ਇਸ ਬੇਸ 'ਤੇ ਜਿਹੜੀ ਹੈ ਪੁਲਿਸ ਦੀ ਦਖਲਅੰਦਾਜ਼ੀ ਜਿਹੜੀ ਉਹ ਖਤਮ ਹੋ ਜਾਂਦੀ ਆ। ਅਸੀਂ ਜੀ ਭੈਣ ਜੀ ਨੂੰ ਹਦਾਇਤ ਕਰਤੀ ਹੈ ਕਿ ਜਿਹੜੀ ਆਪਣੀ ਕੋਰਟ ਵਿੱਚ ਚਾਰਾਜੋਈ ਕਰਨ, ਉਹਦੀ ਕੋਰਟ ਦੇ ਵਿੱਚ ਕੰਪਲੇਂਟ ਕਰ ਦੇਣ ਕਿ ਜਿਹੜਾ ਇਹਨਾਂ ਨੇ ਬਿਨਾਂ ਡਿਵੋਰਸ ਤੋਂ ਜਿਹੜਾ ਦੂਜੀ ਸ਼ਾਦੀ ਕਰਵਾਈ। ਉਸਦਾ ਕਹਿਣਾ ਕਿ ਪਹਿਲਾਂ ਵੀ 2 ਵਾਰੀ ਉਸ ਲੜਕੀ ਵੱਲੋਂ ਮਾਫ਼ੀ ਮੰਗੀ ਗਈ ਸੀ ਕਿ ਮੇਰਾ ਉਸਦੇ ਘਰ ਨਾਲ ਕੋਈ ਤਾਲੁਕ ਨਹੀਂ, ਮੈਂ ਮਾਸਕ ਵਾਲੇ ਘਰ ਨਹੀਂ ਬੁਲਾਵਾਂਗੀ, ਪਰ ਇਸਦੇ ਬਾਵਜੂਦ ਵੀ ਉਹਨੇ ਵਿਆਹ ਕਰਵਾਇਆ। ਇਹ ਗੱਲਾਂ ਸਾਡੇ ਨੋਟਿਸ ਵਿੱਚ ਨਹੀਂ ਹੈਗੀਆਂ, ਉਹਨਾਂ ਦਾ ਘਰੇਲੂ ਮੈਟਰ ਹੈ। ਠੀਕ ਹੈ, ਕੀ ਕਾਰਵਾਈ ਦੀ ਕੀ ਮੰਗ ਕਰਦੇ ਹੋ ਜਿਹੜਾ ਕਿ? ਤੇ ਤੁਹਾਡੇ 5 ਪੋਤਰੇ ਪੋਤਰੀਆਂ ਵੀ ਨੇ? 3 ਪੋਤਰੇ 3 ਪੋਤਰੀਆਂ। ਕੀ ਲੱਗਦਾ ਜਿਹੜਾ ਘਰ ਵੀ ਗਹਿਣੇ ਪਾਸ ਜਾਦੇ ਉਸ ਟਾਈਮ ਕਾ? ਕੀ ਮੰਗ ਕੀ ਕਰਦੇ ਹੁਣ? ਮੰਗ ਇਹ ਉਹ ਕਰਦੇ ਉਹਨਾਂ ਨੂੰ ਜਿਹੜਾ ਦੋਵੇਂ ਦੀ ਅੰਦਰ ਜਾਂਦੇ।